बेनतीकरण है बाबा जी नर्मदा जी बाबे जोड़े वाले गुरु रविदास जी जेड़े अपने धरे नाल मिल गए उन्होंने नाल भैन जी संतोष हुआ होर भी अपने उन्होंने नाल सत महापुरश आए आ मैं बेनती करूंगा बाबा जी नर्मदा जी उन्होंने वो अपने स्टेट के पुत्र परम सत्कार जो गुरु शासक जी आप जी देख रहे हो सारे विश्व भारतीय संगतां और विश्व भर के जो समाज सेवक जिन्हां दे हिरदे विच दर्द है विदेशां विच आके इस स्वागत दे विच और जो संयुक्त किसान मोर्चा किसान मजदूर मोर्चा सारे बुद्धिजीवी और सारे समर्पित इस कार्य लिए आप देशों विदेशों में आए हैं तो उन्होंने बहुत कोट अनकोट धन्यवाद जिन्होंने इस विच आके शामिल होके साडे पंजाब नूं साडे सारे भारत देश नूं एक मान बख्शिश किया। जिस वेले परीक्षा होंदी है तो साडे गुरु लोगों ने सानू सब तो पहला आप इतिहास पढ़िए एक पासे मर भागो एक पासे भाई लालो जी और दोहां नूं तुसीं जानदे हो कि उहदी किरत कमाई विचों दुध निकल रहा ते दूसरे जो कार्य कर रहा उहदे विचों लहू निकल रहा। ਉਹ ਮਹਾਰਾਜ ਜੀ ਨੇ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਹਿਲਾਂ ਸੰਕੇਤ ਦਿੱਤੇ ਕਿ ਇਸ ਤਰ੍ਹਾਂ ਤੁਹਾਡੇ ਨਾਲ ਵੀ ਹੋਵੇਗੀ ਤੁਸੀਂ ਵੀ ਸਾਵਧਾਨ ਰਹਿਣਾ। ਅੱਜ ਸਾਡੇ ਨਾਲ ਸਰਕਾਰਾਂ ਮੌਕੇ ਦੀਆਂ ਹਾਕਮ ਮੌਕੇ ਦੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਕਲ ਕਾਤੀ ਰਾਜੇ ਦਸਾਈ ਧਰਮ ਪੰਗ ਕਰ ਉੱਡ ਰਿਹਾ ਕੂੜ ਅਵਾਬ ਸੱਚ ਚੰਦਰਮਾ ਦਿਸੇ ਨਾਹੀ ਕਿਆ ਚੜਿਆ ਉਹ ਭਾਲ ਚੁੰਨੀ ਹੋਈ ਅੰਧੇਰੇ ਰਾਹ ਦਾ ਕੋਈ ਕਹ ਨਾਨਕ ਕਿਸ ਵਿਧ ਗੱਤ ਹੋਈ। ਕੱਲ ਕਾਤੀ ਰਾਜੇ ਦਸਾਈ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਆਪਾਂ ਉਹਨਾਂ ਤੋਂ ਸਾਵਧਾਨ ਹੋ ਕੇ ਅੱਜ ਸਾਰੀ ਜਿਤਨੀ ਵੀ ਕਾਇਨਾਤ ਜਿੰਨੇ ਵੀ ਸਿੱਖ ਕੌਮ ਜਿਤਨੀਆਂ ਵੀ ਜਥੇਬੰਦੀਆਂ ਅੱਜ ਇੱਥੇ ਸ਼ਾਮਿਲ ਹੋਈਆਂ ਸਾਰੇ ਹਾਜ਼ਰ ਹੋਏ ਆ ਅੱਜ ਪ੍ਰਣ ਕਰਕੇ ਜਾਓ। ਅੱਜ ਕੀ ਪ੍ਰਣ ਕਰਨਾ ਧਰੀ ਜੋ ਬਾਤ ਕੇ ਹੈ ਲੋਕ ਮੈਂ ਮਰਦ ਪੂਰੇ ਹੈ ਨਹੀਂ ਜੋ ਕੌਲ ਕੇ ਪੱਕੇ ਹਰ ਫਨ ਮੇ ਅਧੂਰੇ ਹੈ। ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਕਾਰਜ ਲਈ ਯਤਨਸ਼ੀਲ ਹੋ ਕੇ ਸਾਰਿਆਂ ਨੇ ਹੀ ਆਪੋ ਆਪਣੇ ਜੋ ਭਾਵਨਾਵਾਂ ਹੈ ਦੇਸ਼ ਪ੍ਰਤੀ ਆਪਣੇ ਪੰਜਾਬ ਪ੍ਰਤੀ ਆਪਣੇ ਖਿੱਤਿਆਂ ਪ੍ਰਤੀ ਆਪਣੇ ਜੋ ਦਿਨ ਪ੍ਰਤੀ ਸਾਰੇ ਦੇਸ਼ ਲਈ ਜਿਹੜਾ ਸੋਚ ਰਿਹਾ ਉਹਨਾਂ ਲਈ ਆਪਾਂ ਸਮਰਪਿਤ ਹੋਣਾ ਹੈ ਕਿਉਂਕਿ ਗੁਰੂ ਲੋਕਾਂ ਨੇ ਸਾਨੂੰ ਦੱਸਿਆ ਕਿ ਆਪਣੇ ਧਰਮ ਦੀ ਸ਼ਾਨ ਲਈ ਜ਼ਿੰਦਗੀ ਲਗਾ ਗਏ ਹੱਸ ਹੱਸ ਕੇ ਚੜ ਗਏ ਸੂਲੀਆਂ ਕੋਪਰ ਨੁਹਾ ਗਏ ਉਹ ਕੋਈ ਆਰੇ ਦੇ ਹੇਠਾਂ ਬੈਠ ਕੇ ਬਾਣੀ ਉਚਾਰਦਾ ਉਹ ਕੋਈ ਸਰਦੱਥਿਆ ਲੜਦਾ ਹੀ ਆ ਰਿਹਾ ਧੰਨ ਗੁਰੂ ਦਸ਼ਮੇਸ਼ ਜੀ ਅੰਮ੍ਰਿਤ ਬਣਾਇਆ ਸੀ ਪੀ ਕੇ ਗਿੱਦੜਾ ਨੇ ਰਤਨ ਸ਼ੇਰਾ ਵੱਲ ਧਾਇਆ ਸੀ ਤਾਕਤ ਹੈ ਸਾਰੀ ਉਸ ਦੀ ਸਰਬੰਸ ਲਾ ਗਏ ਆਪਣੇ ਧਰਮ ਦੀ ਸ਼ਾਨ ਲਈ ਜ਼ਿੰਦਗੀ ਲਗਾ ਗਏ ਅੱਜ ਉਹ ਪ੍ਰੀਖਿਆ ਤੁਹਾਡੇ ਲਈ ਕਵੀ ਤੇ ਬੈਠ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਵਰਨਾ ਸਿਖਾਇਆ ਗੁਰੂ ਤੇਗ ਬਹਾਦਰ ਜੀ ਨੇ ਇਸ ਵੇਲੇ ਜੰਮੂ ਤੋਂ ਸਾਰੇ ਲੋਕਾਂ ਨੇ ਆ ਕੇ ਮਹਾਰਾਜ ਦੇ ਚਰਨਾਂ 'ਚ ਅਨੰਦਪੁਰ ਸਾਹਿਬ ਜਾ ਕੇ ਬੇਨਤੀ ਕੀਤੀ ਤਾਂ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਇਕੱਲੇ ਹੀ ਚੱਲੇ ਅੱਜ ਤੁਸੀਂ ਕਰੋੜਾਂ ਦੀ ਤਾਦਾਦ ਦੇ ਵਿੱਚ ਚੱਲੇ ਹੋ ਤੇ ਅੱਜ ਇਹ ਗੁਰੂ ਪਾਤਸ਼ਾਹ ਦੇ ਉਸ ਇਤਿਹਾਸ ਨੂੰ ਯਾਦ ਕਰਦੇ ਹੋਏ ਟੋਲਣਾ ਨਹੀਂ ਔਰ ਜੋ ਅੱਗੇ ਪੈਰ ਮਹਾਰਾਜ ਜੀ ਕਹਿੰਦੇ ਜੋ ਅੱਗੇ ਪੈਰ ਪਿੱਛੇ ਨਹੀਂ ਕਰਨਾ ਤੇ ਇਸ ਤਰ੍ਹਾਂ ਸਾਡੀ ਇਹ ਭਾਵਨਾ ਹੋਣੀ ਚਾਹੀਦੀ ਆ ਆਪਣੇ ਪੰਜਾਬ ਪ੍ਰਤੀ ਆਪਣੇ ਕਿਰਤੀਆਂ ਪ੍ਰਤੀ ਜੋ ਦੇਸ਼ ਦੀ ਸੇਵਾ ਨਿਭਾਉਣ ਵਾਸਤੇ ਹਰ ਸਮੇਂ ਹਰ ਟਾਈਮ ਜੋ ਤਤਪਰ ਹੈ ਅਸੀਂ ਉਹਨਾਂ ਲਈ ਸਮਰਪਿਤ ਹੈ। ਗੁਰੂ ਪਾਤਸ਼ਾਹ ਸਾਰਿਆਂ ਦੀ ਕਿਰਪਾ ਕਰੇ ਅਸੀਂ ਅਰਦਾਸ ਕਰਦੇ ਹਾਂ ਆਪ ਜੀ ਦਾ ਮੋਰਚਾ ਜੋ ਆਪ ਜੀ ਨੇ ਉਦਮ ਕੀਤਾ ਹੈ ਗੁਰੂ ਪਾਤਸ਼ਾਹ ਗੁਰੂ ਦਸਮ ਪਾਤਸ਼ਾਹ ਜੀ ਸਾਡੇ ਸੀਸ ਤੇ ਮੇਲ ਭਰਿਆ ਹੱਥ ਰੱਖਣਗੇ ਗੁਰੂ ਨਾਨਕ ਪਾਤਸ਼ਾਹ ਸਾਡੇ ਸੀਸ ਤੇ ਮੇਲ ਭਰਿਆ ਹੱਥ ਰੱਖਣਗੇ ਅਸੀਂ ਇਸ ਤੋਂ ਮਾਣ ਪ੍ਰਾਪਤ ਕਰਕੇ ਜਾਵਾਂਗੇ। ਸਾਰਿਆਂ ਨੂੰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ
जिन्हों का इश्क सादक है वो कब फरियाद करते हैं, लबों पे मोहरे खामोशी वो दिल में याद करते हैं। थोड़ा विश्वास काम होना चाहिए जिथे ही इतने शब्द कहता हुआ सारे का धन्यवाद। और ज्यादा मैं अपने संयुक्त किसान मोर्चा उन्होंने मैं धन्यवाद करता जिन्होंने सानू दर्शन करने दर्शन करने जिन्होंने समा बख्श किया। धन्यवाद जी, थैंक यू। धन्यवाद जी बाबा जी का।